ਤੁਮ ਕਰ ਹੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਨ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਨ, ਆਨੰਦ ਗੁਣ ਨਿਦਾਨ, ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਸਾਗਰ ਜਿਨ ਖਿਨ ਮਹਿਤਾਰਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰ ਕੇ ਚਰਨ
ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਮਾਤਾ ਹਰ ਮਾਤਾ ਹਰ ਜੀ ਪਿਤਾ
ਸਤਿਗੁਰ ਦੀਨ ਦਇਆਲਾ, ਪ੍ਰਭ ਸਤਿਗੁਰ ਦੀਨ ਦਇਆਲਾ, ਦਾਸ ਆਪਣੇ ਆਪ ਰੱਖੇ ਘੱਟ ਘੱਟ ਸ਼ਬਦ ਸੁਭਾਖੇ। ਹਰ ਜੀ ਮਾਤਾ।
ਸਾਸ ਸਾਸ ਪ੍ਰਤ ਪਾਲੇ
ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀ ਮਿਲ ਹਰ ਦਰਸ਼ਨ ਮਾਨ
ਪਰੀ ਜੀਓ
ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਹਰੀ ਜੈ ਜੀਉ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਸ਼ਬਦ ਸ਼ਰਵਣ ਕਰਾਓ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਦੁਖੀਏ ਕਾ ਮਿਟਾਵੋ ਪ੍ਰਭ ਸੋ ਸੁਖ ਨਿਦਾਨ ਤਤ ਗਿਆਨ
ਸੰਗ ਸਮਾਏ ਨਾਨਕ ਸਾਧੂ ਸੰਗ ਸਮਾਏ ਰੋਗੀ ਕਾ ਤਬ ਖੰਡੋ ਰੋਗ ਰੋਗੀ ਕਾ ਤਬ ਖੰਡੋ ਰੋਗ ਰੋਗੀ ਕਾ ਪ੍ਰਭ ਖੰਡੋ ਰੋਗ ਵਾਹਿਗੁਰੂ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਅੰਤਰਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਕਹਿ ਸੁਖ ਮੰਗੈ ਮੋਗੋ ਕਰ ਸੰਤਨ ਕੀ ਤੂਰੇ ਬੀਬੀ ਜਸਪ੍ਰੀਤ ਕੌਰ ਜੀ ਪਤਨੀ ਸਰਦਾਰ ਜਸਵਿੰਦਰ ਸਿੰਘ ਜੀ ਟੰਡਨ ਜੀ ਇਹ ਜੋ ਸਮਾਗਮ ਉਸ ਪਰਿਵਾਰ ਵੱਲੋਂ ਹੋ ਰਿਹਾ ਹੈ ਮਹਾਰਾਜ ਨੇ ਕਿਹਾ ਕਿ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਅੰਤਰਜਾਮੀ ਪੁਰਖ ਵਿਦਾਤਾ ਸ਼ਰਧਾ ਮਨ ਕੀ ਪੂਰਾ ਹੈ ਕਿਹੜੀ ਸ਼ਰਧਾ ਪੂਰਾ ਹੈ ਨਾਨਕ ਦਾਸ ਇਹ ਸੁਖ ਮੰਗਿਆ ਕਿਹੜਾ ਸੁਖ ਮੰਗਿਆ ਮੋਗੋ ਕਰ ਸੰਤਨ ਕੀ ਤੂਰੇ ਪਰਿਵਾਰ ਬੜਾ ਭਾਗਾਂ ਵਾਲਾ ਹੈ ਭਾਗਾਂ ਵਾਲਾ ਪਰਿਵਾਰ ਮੈਂ ਤਾਂ ਕਹਿ ਰਿਹਾ ਹਾਂ ਕਿ ਉਹ ਬੀਬੀ ਜੀ ਜਿਹੜੇ ਵੀ ਉਹਨਾਂ ਦੇ ਘਰ ਦੇ ਵਿੱਚ ਗੁਰੂ ਕੇ ਕੀਰਤਨੀਏ ਆ ਪਿੱਛੋਂ ਚੁੱਪ ਕਰਾਇਆ ਦਰਬਾਰ ਸਾਹਿਬ ਤੋਂ ਜਿੰਨੇ ਵੀ ਜਥੇ ਆਉਂਦੇ ਰਹੇ ਇਹਨਾਂ ਦੇ ਘਰ ਉਹ ਬੀਬੀ ਜੀ ਸੇਵਾ ਕਰਦੇ ਰਹੇ ਉਸ ਟਹਿਲ ਕਰਦੇ ਰਹੇ ਅੰਤਰਜਾਮੀ ਪੁਰਖ ਵਿਦਾਤਾ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਕਿਹੜਾ ਮੋਗੋ ਕਰ ਸੰਤਨ ਕੀ ਤੂਰੇ ਬਾਣੀ ਕੋਈ ਵੀ ਪੜ੍ਹ ਲਵੇ ਤੇ ਰਸਨਾ ਦੇ ਉੱਤੇ ਰੱਬ ਵਸ ਜਾਂਦਾ ਹੈ ਸਾਨੂੰ ਅਸੀਂ ਕਈ ਵਾਰੀ ਨੋਟ ਕਰਦੇ ਹਾਂ ਕਿ ਉਹ ਭਾਗਾਂ ਵਾਲਾ ਘਰ ਹੁੰਦਾ ਹੈ ਜਿਨ੍ਹਾਂ ਦੇ ਘਰ ਆਣ ਕੇ ਸ੍ਰੀ ਦਰਬਾਰ ਸਾਹਿਬ ਤੋਂ ਸਿੰਘ ਸਾਹਿਬ ਕੀਰਤਨੀਏ ਉੱਥੋਂ ਦੇ ਹਜ਼ੂਰੀਏ ਆਣ ਕੇ ਠਹਿਰਦੇ ਅਤੇ ਬੀਬੀ ਜਸਪ੍ਰੀਤ ਕੌਰ ਜੀ ਉਹ ਸੇਵਾਵਾਂ ਸਾਰਾ ਪਰਿਵਾਰ ਰਲ ਮਿਲ ਕਰਕੇ ਉਹਨਾਂ ਦੇ ਬੱਚੇ ਉਹਨਾਂ ਦੀ ਨੂੰਹ ਗਾਂ ਬੱਚਿਆਂ ਨੂੰ ਵੀ ਇਸ ਸੁਭਾਗ ਪ੍ਰਾਪਤ ਹੈ ਪੋਤਰਿਆਂ ਨੂੰ ਵੀ ਟੰਡਨ ਜੀ ਦੇ ਪੋਤਰਿਆਂ ਨੂੰ ਵੀ ਕਿ ਉਹਨਾਂ ਨੇ ਵੀ ਉਹਨਾਂ ਦੀ ਗੋਦ ਦਾ ਆਨੰਦ ਮਾਣਿਆ ਜਿਹੜੇ ਮਾੜਾ ਜਿਹਾ ਟੱਚ ਵੀ ਕਰ ਦੇਣ ਤੇ ਗੁਰੂ ਦੀ ਬਖਸ਼ਿਸ਼ ਗਿਣੀ ਜਾਂਦੀ ਹੈ ਤੇ ਭਾਗਾਂ ਵਾਲਾ ਘਰ ਹੈ ਉਹ ਬੀਬਾ ਜੀ ਆਪਣਾ ਜੀਵਨ ਸਫਲ ਕਰਕੇ ਗਏ ਸੇਵਾ ਕਰਕੇ ਮਹਾਂਪੁਰਸ਼ਾਂ ਦੀ ਸੇਵਾ ਕਰਕੇ ਗਏ ਇੱਕ ਹਿਸਾਬ ਨਾਲ ਮੈਂ ਉਹਨਾਂ ਨੂੰ ਤਾਂ ਮਹਾਂਪੁਰਸ਼ ਕਹਿੰਦਾ ਕਿ ਹਰ ਵਿਅਕਤੀ ਬਾਣੀ ਭਾਵੇਂ ਉਹ ਪੈਸਿਆਂ ਕਰਕੇ ਪੜ੍ਹਦੇ ਆ ਪਰ ਬਾਣੀ ਤੇ ਬਾਣੀ ਹੈ ਨਹੀਂ ਉਹ ਧੁਰ ਕੀ ਬਾਣੀ ਜਿਹੜੀ ਹੈ ਧੁਰ ਹੀ ਲੈ ਜਾਂਦੀ ਇਸ ਕਰਕੇ ਮੈਂ ਪਰਿਵਾਰ ਨੂੰ ਭਾਗਾਂ ਵਾਲਾ ਗਿਣਦਾ ਹੈ ਅਤੇ ਬੀਬੀ ਜੀ ਨੂੰ ਵੀ ਭਾਗਾਂ ਵਾਲਾ ਗਿਣਦਾ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਭਾਵੇਂ ਕੋਈ ਅੱਧੀ ਰਾਤ ਜੱਥਾ ਆ ਗਿਆ ਅਤੇ ਭਾਵੇਂ ਕੋਈ ਦੁਪਹਿਰੇ ਆ ਗਿਆ ਬੱਚੇ ਨੂੰ ਚੁੱਪ ਕਰਾਇਆ
ਚਿੱਟੇ ਪਟਕੇ ਭਾਵੇਂ ਕੋਈ ਅੱਧੀ ਰਾਤ ਜਥਾ ਆ ਗਿਆ, ਹਰ ਵੇਲੇ ਤਿਆਰ ਪ੍ਰਸ਼ਾਦੇ ਪਾਣੀ ਦੀ। ਆਪਾਂ ਸਾਰੇ ਗ੍ਰਸਥੀ ਜੀਵਨ ਵਾਲੇ ਆ, ਹਾਂ ਆਪਣੇ ਘਰ ਦੇ ਵਿੱਚ ਇੱਕ ਜੀ ਨੇ ਵੀ ਕਿਸੇ ਨੇ ਆਉਣਾ ਹੋਵੇ ਤੇ ਉਹਦੇ ਸੇਵਾ ਟਹਿਲ ਦੇ ਵਿੱਚ ਚਿੰਤਾ ਪਹਿਲਾਂ ਹੁੰਦੀ ਵੀ ਇਹਦੇ ਵਾਸਤੇ ਕਿਹੜਾ ਪ੍ਰਬੰਧ ਕਰਨਾ, ਤੇ ਕੋਈ ਐਮਰਜੈਂਸੀ ਵੀ ਆ ਜਾਏ ਤੇ ਇਹਨਾਂ ਦੇ ਘਰੇ ਹਰ ਵਕਤ ਰੈਡੀ, ਰਹਿਣ ਦਾ ਵੀ ਪ੍ਰਬੰਧ ਤੇ ਖਾਣ ਦਾ ਵੀ ਪ੍ਰਬੰਧ। ਫਿਰ ਇਹ ਨਹੀਂ ਗਿਣਤੀ ਵੀ ਕਿੰਨਾ ਚਿਰ ਤੇ ਕਦੋਂ, ਮੈਂ ਇਹਨਾਂ ਦੀ ਉਸਤਤ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਪਰਿਵਾਰ ਭਾਗਾਂ ਵਾਲਾ ਹੈ ਜਿਨ੍ਹਾਂ ਦੇ ਘਰੇ ਆਣ ਕੇ ਰੁਕਦੇ। ਸਾਨੂੰ ਪੱਕਾ ਚੇਤਾ ਹੈ, ਕਈ ਵਾਰੀ ਲੋਕ ਤਰਸਦੇ ਰਹਿੰਦੇ ਕਿ ਸਾਡੇ ਘਰ ਤੁਸੀਂ 5 ਮਿੰਟ ਲਈ ਆ ਜਾਓ। ਜਿਹੜੇ ਦਰਬਾਰ ਸਮੋਂ ਆਉਂਦੇ ਉਹਨਾਂ ਨੂੰ ਕੋਈ ਕਹਿ ਦਿੰਦਾ 5 ਮਿੰਟ ਲਈ ਸਾਡੇ ਘਰ ਚਰਨੀ ਪਾ ਜਾਓ, ਪਰ ਕਈ ਵਾਰੀ ਮੌਕਾ ਨਹੀਂ ਮਿਲਦਾ, ਨਹੀਂ ਮਿਲਦਾ, ਔਰ ਉਹਨਾਂ ਦੇ ਸਾਲਾਂ ਬੱਧੀ ਟਾਈਮ ਲੰਘ ਜਾਂਦਾ। ਇਹ ਭਾਗਾਂ ਵਾਲਾ ਪਰਿਵਾਰ ਜਦੋਂ ਮਰਜ਼ੀ ਬੂਹਾ ਖੋਲ੍ਹ ਕੇ ਉਹ ਆ ਜਾਂਦੇ, ਔਰ ਬੀਬੀ ਜੀ ਨੇ ਬਹੁਤ ਸੇਵਾ ਕੀਤੀ, ਬਹੁਤ ਸੇਵਾ ਕੀਤੀ, ਹਰ ਪ੍ਰਕਾਰ ਦੇ ਨਾਲ ਹਰ ਵੇਲੇ ਹਾਜ਼ਰ। ਅੱਧੀ ਰਾਤ ਕੋਈ ਬੀਬੀ ਨੂੰ ਉੱਠ ਕੇ ਵੀ ਭਾਈ ਚਾਹ ਬਣਾ, ਤੇ ਇੱਕ ਵਾਰੀ ਤੇ ਬੁੱਕਲ ਚ ਉੱਠਣ ਲੱਗਿਆ ਥੋੜਾ ਜਿਹਾ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਨਾ, ਪਰ ਨਹੀਂ, ਹੁਣ ਗਾਂ ਵੀ ਪਰਿਵਾਰ ਨੂੰ ਉਹ ਜਾਗ ਲੱਗੀ ਤੇ ਟੰਡਨ ਜੀ ਵੀ ਤਕੜੇ ਹੋ ਕੇ ਸੇਵਾ, ਆ ਛਕੋ ਜੀ, ਆਓ ਛਕੋ ਜੀ, ਵੱਖ ਵੱਖ ਚੀਜ਼ਾਂ ਛਕਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ, ਬਣਾਉਣ ਦੀ ਕੋਸ਼ਿਸ਼ ਕਰਦੇ, ਚਾਹ ਚੜਿਆ ਹੁੰਦਾ, ਕਦੇ ਮੱਥੇ ਵੱਟ ਨਹੀਂ। ਹੋਰ ਕਿਸ ਤਰ੍ਹਾਂ ਦੀ ਸੇਵਾ ਭਾਲਦਾ, ਬੜਾ ਕੁਛ ਇਹਦੇ ਨਾਲ ਬਰਕਤਾਂ ਆ ਜਾਂਦੀਆਂ, ਅਸੀਸਾਂ ਆ ਜਾਂਦੀਆਂ। ਸਾਨੂੰ ਇਹ ਚੇਤਾ ਹੈ, ਮੈਂ ਕਿਸੇ ਆਪਣੇ ਕੰਮ ਦੇ ਵਾਸਤੇ ਮਾਰਕੀਟ ਦੇ ਵਿੱਚ ਕਿਸੇ ਗਿਆ, ਲੁਧਿਆਣੇ ਦੀ ਗੱਲ ਹੈ, ਤੇ ਉਹ ਮੇਰੇ ਮਗਰ ਮਗਰ ਇੱਕ ਬੰਦਾ ਜਿੱਧਰ ਨੂੰ ਮੈਂ ਜਾਵਾਂ ਉੱਧਰ ਨੂੰ ਉਹ ਆਵੇ। ਅਸੀਂ ਸਮਾਨ ਖਰੀਦਣ ਡੇ ਸੀ ਵੱਖ ਵੱਖ ਥਾਂ ਤੋਂ, ਤੇ ਅਸੀਂ ਕਦੀ ਕੋਈ ਦੁਕਾਨ 'ਚ ਜਾਂਦੇ ਸੀ, ਕਦੀ ਕੋਈ ਦੁਕਾਨ 'ਚ ਜਾਂਦੇ, ਉਹ ਬੰਦਾ ਮੇਰੇ ਮਗਰ 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 ਮਗਰ, ਤੇ ਮੈਂ ਹਾਰ ਕੇ ਕੋਈ 10 ਕ ਦੁਕਾਨਾਂ ਫਿਰਨ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਉਹਨਾਂ ਨੂੰ ਮੈਂ ਪੁੱਛ ਹੀ ਲਿਆ, ਅੱਧਾ ਪੌਣਾ ਘੰਟਾ ਉਹ ਮੇਰੇ ਮਗਰ ਮਗਰ ਰਿਹਾ ਬੰਦਾ, ਤੇ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਕੋਈ ਕੰਮ ਹੈ, ਅਸੀਂ ਜੇ ਖਲੋਈਏ ਤੇ ਉਹ ਖਲੋ ਜਾਵੇ, ਉਹ ਵੇਟ ਕਰਦਾ ਰਹੇ ਸਾਡੀ, ਜਿਹੜੀ ਦੁਕਾਨ ਚੋਂ ਨਿਕਲ ਕੇ ਦੂਸਰੀ ਦੁਕਾਨ 'ਚ ਜਾਈਏ ਉਹ ਮਗਰ ਆ ਜਾਵੇ। ਤੇ ਮੈਂ ਹਾਰ ਕੇ ਉਹਨੂੰ ਅੱਧੇ ਘੰਟੇ ਬਾਅਦ ਪੁੱਛਿਆ ਕਿ ਭਾਈ ਸਾਹਿਬ ਜੀ ਵੀ ਤੁਸੀਂ ਕੋਈ ਸਮਾਨ ਲੈਣਾ ਹੈ ਕਿ ਜਾਂ ਸਾਡੇ ਨਾਲ ਕੋਈ ਕੰਮ ਹੈ। ਕਹਿੰਦਾ ਜੀ ਮੇਰੀ ਇੱਥੇ ਦੁਕਾਨ ਆ ਹੋਲਸੇਲ ਮਾਰਕੀਟ ਦੇ ਵਿੱਚ, ਤੇ ਤੁਸੀਂ 1 ਮਿੰਟ ਚਰਨ ਪਾ ਜਾਓ, 1 ਮਿੰਟ ਚਰਨ ਪਾ ਜਾਓ, 1 ਵਾਰੀ ਆ ਜਾਓ, ਮੈਂ ਇਸ ਕਰਕੇ ਵੇਟ ਕਰ ਰਿਹਾ। ਉਸ ਬੰਦੇ ਨੇ ਮੈਨੂੰ ਕੁਛ ਨਹੀਂ ਕਿਹਾ, ਸਿਰਫ ਮੇਰੇ ਮਗਰ 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 ਖਲੋਤਾ ਰਿਹਾ, ਸਿਰਫ 1 ਮਿੰਟ ਭੱਜਣ ਵਾਸਤੇ। ਚਲੋ ਅਸੀਂ ਉਹਨਾਂ ਦੇ ਕੋਲ ਗਏ, ਚਲੋ ਉਹਨਾਂ ਮਾਣ ਸਨਮਾਨ ਸਾਰੇ ਤਰ੍ਹਾਂ ਦਾ ਕੀਤਾ। ਮੈਂ ਕਹਿੰਦਾ ਇਹਨਾਂ ਦੇ ਘਰ ਤੇ ਚਰਨ ਪਈ ਹੀ ਜਾਂਦੇ, ਤੇ ਬੀਬੀ ਜੀ ਸੇਵਾ ਕਰਦੇ ਹੀ ਰਹੇ, ਔਰ ਸੇਵਾ ਕਰਦੇ ਜੀਵਨ ਸਫਲਾ ਕੀਤਾ।
ਮੈਂ ਇਸ ਗੱਲ ਕਰਕੇ ਇਸ ਪਰਿਵਾਰ ਨੂੰ ਭਾਗਾਂ ਵਾਲਾ ਪਰਿਵਾਰ ਕਹਿੰਦਾ, ਜਿੱਥੇ ਹਰ ਵਕਤ ਸੇਵਾ ਭਾਵਨਾ ਬਣੀ ਰਹਿੰਦੀ ਹੈ। ਔਰ ਇਹ ਟੰਡਨ ਜੀ ਦੀ ਇਸ ਕਰਕੇ ਇਹ ਵਧਾਈ ਦੇ ਪਾਤਰ ਹੈ। ਇਹਨਾਂ ਨੇ ਜਿਹੜਾ ਪੋਸਟਰ ਜੀਵਤ 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 ਰਹੋ ਰਾਮ ਰਸਾਇਣ ਨਿਤ ਉੱਠ ਪੀਵੋ ਹਰ 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 ਰਸਨਾ ਕਹੋ। ਅਤੇ ਜਦੋਂ ਕੋਈ ਸੇਵਾ ਦੇ ਵਿੱਚ ਲੱਗਾ ਹੁੰਦਾ ਹੈ ਉਹ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਕਰਦਾ ਹੀ ਹੁੰਦਾ ਹੈ, ਕਿਉਂਕਿ ਇਹ ਬੜੇ ਵੱਡਿਆਂ ਭਾਗਾਂ ਵਾਲੀ ਸੇਵਾ ਹੈ ਜਿਹੜੀ ਇਸ ਪਰਿਵਾਰ ਦੇ ਹਿੱਸੇ ਆਈ। ਸੋ ਮੈਨੂੰ ਪਰਿਵਾਰ ਵੱਲੋਂ ਤੇ ਹੁਕਮ ਹੋਇਆ ਸੀ ਵੀ ਇੱਕ ਸ਼ਬਦ ਹੋਰ, ਤੇ ਇਹਨਾਂ ਨਾਲ ਸਾਡਾ ਪਿਆਰ ਵੀ ਹੈ, ਜਿੱਥੇ ਪਿਆਰ ਹੋਵੇ ਉੱਥੇ ਸਮਾਂ ਜ਼ਿਆਦਾ ਦਿੱਤਾ ਜਾ ਸਕਦਾ ਹੈ। ਮੈਂ ਇੱਕੋ ਹੀ ਸ਼ਬਦ ਪੜ੍ਹਾਂਗਾ ਉਪਰੰਤ ਸਮਾਪਤੀ। ਇਹ ਟੰਡਨ ਜੀ ਥੋੜਾ ਜਿਹਾ ਮੇਰੇ ਵੱਲ ਧਿਆਨ ਕਰਿਓ ਜੀ, ਇੱਕ ਸ਼ਬਦ ਪੜ੍ਹਨਾ ਕਿ ਦੋ ਸ਼ਬਦ ਪੜ੍ਹਨਾ। ਜਿੱਥੇ ਪਿਆਰ ਦਾ ਸੌਦਾ ਹੈ ਉੱਥੇ ਟਾਈਮ ਦੀ ਲਿਮਿਟ ਕੋਈ ਨਹੀਂ ਤੁਹਾਡੇ ਵਾਸਤੇ ਕਿ ਪਿਆਰ ਕਰਕੇ ਵੇਖੋ, ਇਹ ਵੀ ਪਿਆਰ ਦਾ ਸੌਦਾ। ਉਹ ਕਹਿੰਦੇ ਜਿਸ ਤਰ੍ਹਾਂ ਤੁਹਾਡੀ, ਇਹਨਾਂ ਦੇ ਬੇਟੇ ਨੇ ਵੀ ਕਿਹਾ ਸੀ ਬਿਨ ਭਾਗਾਂ ਤੇ ਆਗਿਆ ਸੁਖ ਮੇਰੇ ਮੀਤਾ, ਉਹ ਵੀ ਪਰਿਵਾਰ ਤੇ ਬੱਚੀ ਗਾਂ ਨੌ ਵੀ ਬਹੁਤ ਆਗਿਆਕਾਰੀ ਪਰਿਵਾਰ ਸਾਰਾ ਹੀ, ਉਹਨਾਂ ਦੇ ਰਿਸ਼ਤੇਦਾਰ ਭੈਣ ਜੀ ਭੂਆ ਜੀ ਇਹ ਵੀ ਬੈਠੇ ਨਾਲ, ਇਹ ਵੀ ਸੇਵਾ ਚ ਹਾਜ਼ਰ, ਸਾਰਾ ਪਰਿਵਾਰ ਹਰ ਵੇਕ ਹਰ ਤਿਆਰ ਬਰ ਤਿਆਰ ਰਹਿੰਦਾ। ਆਓ ਆਗਿਆ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ। ਫਿਰ ਨਾਲ ਸਪੜਨਾ ਜੀ ਕਿਵੇਂ, ਉਸ ਤੋਂ ਬਾਅਦ ਫਿਰ ਆਨੰਦ ਸਾਹਿਬ। ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਣ ਕੇ ਹਰੀ ਜਸ ਹਰੀ ਰਸ ਦੇ ਵਿੱਚ ਸੰਗਤ ਦੇ ਵਿੱਚ ਹਿੱਸਾ ਲਿਆ। ਸਮੂਹ ਪ੍ਰਬੰਧਕ ਜਿਨ੍ਹਾਂ ਦਾ, ਜਿਨ੍ਹਾਂ ਨੇ ਸਾਰਾ ਪ੍ਰਬੰਧ ਨਾਲ ਸੰਭਾਲਿਆ ਹੈ, ਸਿੰਘ ਸਾਹਿਬ ਗ੍ਰੰਥੀ ਸਾਹਿਬਾਨ ਸਾਰਿਆਂ ਦਾ ਧੰਨਵਾਦ, ਕਥਾਵਾਚਕ ਜਿਹੜੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਦਾ ਵੀ ਸਾਰਿਆਂ ਦਾ, ਕਿ ਇਸ ਪ੍ਰਬੰਧ ਦੇ ਵਿੱਚ ਹਰੀ ਜਸ ਅਤੇ ਹਰੀ ਰਸ ਦੇ ਨਾਲ ਆਪ ਸੰਗਤਾਂ ਨੂੰ ਨਿਹਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਕੋਈ ਨਾ ਕੋਈ ਸਾਡੇ ਵਿੱਚੋਂ ਰੱਬ ਬਣ ਜਾਵੇ। ਇਹ ਰੱਬ ਬਣਨ ਵਾਸਤੇ ਸਾਰੀ ਦੌੜ ਹੈ। ਉਹ ਦੱਸ ਰਹੇ ਸੀ ਕਿ ਨਿੱਜ ਕਾ ਹੈੱਡ ਗ੍ਰੰਥੀ ਸਾਹਿਬ ਜਿੱਥੋਂ ਅਸੀਂ ਆਏ ਹਾਂ ਨਾ, ਉਹ ਸਾਡਾ ਨਿੱਜ ਘਰ ਹੀ ਹੈ। ਨਿੱਜ ਹੁੰਦਾ ਨਿੱਜੀ, ਨਿੱਜੀ ਮੀਨ ਪਰਮਾਨੈਂਟ ਐਡਰੈਸ, ਪਰਮਾਨੈਂਟ ਐਡਰੈਸ ਨੂੰ ਨਿੱਜੀ ਐਡਰੈਸ ਕਹਿੰਦੇ। ਤੇ ਆਪਣਾ ਸਾਰਿਆਂ ਦਾ ਪਰਮਾਨੈਂਟ, ਸਾਰਿਆਂ ਦਾ ਮੈਂ ਕਹਿ ਰਿਹਾ, ਸਾਰਿਆਂ ਦਾ ਪਰਮਾਨੈਂਟ ਐਡਰੈਸ ਪਰਮਾਤਮਾ ਹੈ। ਅਸੀਂ ਪਰਮਾਤਮਾ ਦੀ ਅੰਸ਼ ਹੈ, ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਦੱਸਿਆ ਆਪ ਜੀ ਨੂੰ। ਫਿਰ ਉਹਦੇ ਵਿੱਚ ਜਦੋਂ ਅਸੀਂ ਇੱਕ ਮਿੱਕ ਹੋਵਾਂਗੇ, ਪਰ ਇਹ ਧਿਆਨ 'ਚ ਰੱਖਿਓ ਜੀਂਦੇ ਜੀ ਸੇਵਾ ਭਾਵਨਾ ਕਰਕੇ ਹੋਇਆ ਜਾ ਸਕਦਾ, ਇੱਕ ਪਰ ਦੇ ਨਾਲ ਨਹੀਂ ਉੱਡਿਆ ਜਾ ਸਕਦਾ। ਸੱਸਾ ਸੇਵਾ ਅਤੇ ਸੱਸਾ ਸਿਮਰਨ, ਸਿਮਰਨ ਪਰਮਾਤਮਾ ਦੀ ਯਾਦ, ਤੁਹਾਨੂੰ ਹਰ ਥਾਂ 'ਤੇ ਰੱਬ ਦਿਸੇ। ਜੇ ਤੁਹਾਨੂੰ ਸੁੰਦਰ ਘਰ ਮਿਲਿਆ ਉਹਦਾ ਥੈਂਕ ਯੂ ਕਹੋ ਵੀ ਤੁਹਾਡੀ ਕਿਰਪਾ ਨਾਲ, ਜੇ ਬੱਚੇ ਕਾਮਯਾਬ ਹੈ ਤੁਹਾਡੀ ਕਿਰਪਾ ਨਾਲ, ਜੇ ਸੁੰਦਰ ਸਰੀਰ ਹੈ ਤੁਹਾਡੀ ਕਿਰਪਾ ਨਾਲ, ਬਸ ਉਹ ਯਾਦ ਰਵੇ। ਜੇ ਸੋਹਣੀ ਗੱਡੀ ਮਿਲ ਗਈ ਧੰਨਵਾਦ ਮਹਾਰਾਜ ਤੁਹਾਡੀ ਕਿਰਪਾ ਨਾਲ, ਉਹਦਾ ਥੈਂਕ ਯੂ। ਇਹ ਹੈ ਸਿਮਰਨ, ਉਹ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਦੇ ਵਿੱਚ ਲੀਨ ਹੋਣਾ। ਵਾਹਿਗੁਰੂ ਅਲਫਾਬੈਟ ਹੈ ਨਾਮ ਦਾ, ਵਾਹਿਗੁਰੂ ਲਫ਼ਜ਼ ਅਲਫਾਬੈਟ ਹੈ ਨਾਮ ਦਾ, ਉਹਦੇ ਰਾਹੀਂ ਲੀਨ ਹੋਣਾ। ਇੱਕ ਪਰ ਹੈ ਇੱਕ ਪਰ, ਦੂਜਾ ਹੈ ਸੇਵਾ, ਤੇ ਸੇਵਾ ਸਾਧ ਸੰਗਤ ਦੀ ਸੇਵਾ, ਮਹਾਂਪੁਰਸ਼ਾਂ ਦੀ ਸੇਵਾ, ਤੇ ਜਿਹੜੀ ਸਭ ਤੋਂ ਵੱਡੀ ਸੇਵਾ ਗੁਰ ਕੀ ਸੇਵਾ ਸ਼ਬਦ ਵਿਚਾਰ।
ਇਹਦਾ ਮਤਲਬ ਹੈ ਕਿ ਸ਼ਬਦ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਚਲਾਉਣਾ। ਇਹਨੂੰ ਕਹਿੰਦੇ ਨੇ ਮੈਪ, ਮੈਪ ਕਹਿੰਦੇ। ਜਿਸ ਤਰ੍ਹਾਂ ਅਸੀਂ ਕਿਸੇ ਮੰਜ਼ਿਲ 'ਤੇ ਪਹੁੰਚਣਾ ਹੁੰਦਾ ਹੈ ਅਤੇ ਸਾਨੂੰ ਇੱਕ ਨਕਸ਼ੇ ਦੀ ਲੋੜ ਪੈਂਦੀ ਪਰਮਾਤਮਾ ਤੱਕ ਪਹੁੰਚਣ ਲਈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਸ ਨਕਸ਼ੇ ਦੀ ਲੋੜ ਹੈ। ਉਸ ਮੁਤਾਬਕ ਚੱਲਦੇ ਜਾਓ, ਜੀਵਨ ਉਸੇ ਮੁਤਾਬਕ ਚਲਾਓ ਤੇ ਰੱਬ ਤੱਕ ਪਹੁੰਚ ਜਾਓਗੇ। ਇਹ ਹੈ ਇੱਕ, ਤੇ ਦੂਜਾ ਹੈ ਸਿਮਰਨ। ਪਰਮਾਤਮਾ ਨੂੰ ਚੇਤੇ ਰੱਖੋ, ਤੁਹਾਡੇ ਹਰ ਕੰਮ 'ਚ ਪਰਮਾਤਮਾ ਤੁਹਾਡੇ ਨਾਲ ਹੋਣਾ ਚਾਹੀਦਾ। ਫਿਰ ਦੋਨੋਂ ਪਰ ਕੰਮ ਕਰਦੇ, ਫਿਰ ਦੋਨੋਂ ਕੰਮ ਕਰਦੇ। ਇਸ ਤਰ੍ਹਾਂ ਅਸੀਂ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ, ਰੱਬ ਦੇ ਵਿੱਚ ਇੱਕ ਮਿੱਕ ਹੋ ਸਕਦੇ। ਆਓ ਇੱਕ ਸ਼ਬਦ ਉਪਰੰਤ ਸਮਾਪਤ। ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਗਟ। ਅਗੇ ਸੁਖ ਮੇਰੇ ਮੀਤਾ, ਅਗੇ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ, ਪਾਛੈ ਆਨੰਦ ਪ੍ਰਭ ਕੀਤਾ। ਆਪਣੇ
ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਆਖਿਆ ਨਾਹੀਂ ਕਰਦੇ ਰਹਿ ਕਰਤਾ ਤੇਰੇ ਸੱਚ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਸਭ ਗਵਾਈਆਂ ਪ੍ਰਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੀ ਦਾ ਗੁਰੂ ਮਿੱਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਘਰ ਸਵਾਗੇ ਸ਼ਬਦ ਵਾਜੇ ਕਲਾ ਜੇਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਸੁਣੋ ਵਟ ਪਾਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਜੁੜੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਚੰਗ ਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪ ਆਪਣੀ ਜਿਨੇ ਨਾਮ ਤੇ ਆਇਆ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਦੀ ਛੁਟੀ ਨਾ ਜਿਨੇ ਨਾਮ ਤੇ ਆਇਆ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।